ਘੰਟਾ ਪਹਿਲਾਂ ਜਿਹੜਾ ਇਹ ਗਾਣਾ ਲੀਕ ਹੋ ਗਿਆ, ਪਤਾ ਨਹੀਂ ਕਾਹਦੋਂ ਲੀਕ ਕਰਦੇ ਆ ਯਾਰ। ਸਿੱਧੂ ਮੂਸੇ ਵਾਲਾ ਸਭ ਕੈਂਟ ਹੈ, ਬਹੁਤ ਵਧੀਆ। ਕਿਲਰਾਂ ਦਾ ਟਾਈਮ ਰੀਅਲ ਹਸਲ ਬੇਬੀ ਐਨੀ ਫਿਲਰਾਂ ਦਾ ਟਾਈਮ, ਗਾਣਾ ਬਹੁਤ ਅਮੇਜ਼ਿੰਗ ਹੈ। ਸਾਰੇ ਮੇਰੀ ਗੱਡੀ ਚੁੱਕ ਰਹਿਗਾ, ਸਟੀਲ ਮੱਕਲ ਹੋ ਕੇ ਨੱਤੋਂ ਕਰਦੇ। ਹਾਲੇ ਮੁੱਕਿਆ ਨਹੀਂ, ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਇੱਕ ਹੋਰ ਆ ਗਿਆ ਨਵਾਂ, 410। ਚਾਰ ਦਸ ਇਹਦੇ ਵਿੱਚ ਬੜੀਆਂ ਪ੍ਰੋਡਕਸ਼ਨ ਕੀਤੀਆਂ ਲੋਕਾਂ ਨੇ ਕਿ 410 ਕਿਸੇ ਸੜਕ ਦਾ ਨਾਮ ਹੈ, 410 ਇੱਕ ਗੰਨ ਆਉਂਦੀ ਹੈ, 410 ਉਹਦਾ ਨਾਮ ਹੈ, ਜਾਂ 4:10 ਹੈ, ਜਾਂ ਹੋਰ ਵੀ ਕਹਿੰਦੇ ਪਤਾ ਨਹੀਂ ਕੀ ਕੁਛ। ਸੋ ਦੇਖਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਹਾਲ ਵਿੱਚ ਹੈ ਕੀ ਇਹ 410, ਠੀਕ ਹੈ। ਸੋ ਇਹਦੇ ਵਿੱਚ ਮੇਰੀ ਫੈਮਿਲੀ ਦਾ ਰਿਐਕਸ਼ਨ ਵੀ ਹੋਊਗਾ, ਮੇਰੇ ਯਾਰਾਂ ਦੋਸਤਾਂ ਦਾ ਵੀ ਹੋਊਗਾ। ਸੋ ਦੇਖਦੇ ਹਾਂ ਅੱਗੇ ਅੱਗੇ ਵੀਡੀਓ ਇੰਟਰਸਟਿੰਗ ਹੈ, ਥੋੜ੍ਹੀ ਜਿਹੀ ਵੱਖਰੀ ਹੈ ਬਾਕੀ ਰਿਐਕਸ਼ਨਸ ਨਾਲੋਂ। ਸੋ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਦੇ, ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਓਕੇ, ਸੰਨੀ ਮਾਲਟਨ 410 ਹੋ ਗਈ, ਪਹਿਲਾਂ ਤਾਂ ਆ ਗਿਆ ਵੀ ਟਾਈਮ ਹੈ। ਕੈਮਰਾ ਬੜਾ ਸਮੂਥ ਘੁੰਮਾਇਆ, 3D ਹੈ ਸਾਰਾ ਨਾ, ਇੱਥੋਂ ਚੱਕੋ ਓਰੀਜਨਲ ਸ਼ਾਟ। ਟੈਲੀਫੋਨ ਚਾਰ ਸੌ ਦਸ ਨੌਰਥ, ਉਹਨਾਂ ਨੇ ਸਟਰੀਟ ਦਾ ਨਾਮ ਵੀ ਦਿਖਾਤਾ, 410 'ਤੇ ਹੀ ਹੈ ਸਾਰਾ ਕੁਛ। ਐਂਡ ਵਾਈ ਕਿ ਮੈਨੂੰ ਇੱਦਾਂ ਕਿਉਂ ਲੱਗਣ ਡਿਆ ਕਿ ਵਾਈ ਬਾ ਰਹੀ ਹੈ ਈਸਾ ਜੱਟ ਵਾਲੀ, ਸੰਨੀ ਮਾਲਟਨ ਇਜ਼ ਬੈਕ ਬੇਬੀ। ਦੇਖੋ ਸਹੀ ਦੱਸਦਾ, ਮੇਰਾ ਜੈਨੂਅਨ ਰਿਐਕਸ਼ਨ ਹੁੰਦਾ, ਤੁਹਾਨੂੰ ਪਤਾ ਮੈਂ ਬੜੀ ਕੋਸ਼ਿਸ਼ ਕਰਨ ਡਿਆ ਕਿ ਮੇਰੇ ਪੱਲੇ ਕੁਛ ਪੈ ਜਾਵੇ, ਮਾੜਾ ਮੋਟਾ ਪੈਣ ਡਿਆ, ਠੀਕ ਹੈ, ਪਰ ਇਹਦੇ 'ਚ ਇਹੀ ਲੱਗਣ ਡਿਆ ਕਿ ਇਹ ਕਿਸੇ ਦੀ ਲਾਹ ਭਾਈ ਕਰਨ ਡਿਆ ਥੋੜ੍ਹਾ ਬਹੁਤ। ਬਾਕੀ ਇਹਨੂੰ ਰਿਪੀਟ 'ਚ ਸੁਣਾਂਗੇ ਨਾ ਅਤੇ ਥੋੜ੍ਹਾ ਰੁਕ ਰੁਕ ਕੇ ਲਿਰਿਕਸ ਦੇਖਾਂਗੇ, ਫਿਰ ਈਜ਼ੀ ਅੰਡਰਸਟੈਂਡ ਹੋ ਜੂਗਾ। ਦੇਖੋ ਵੀ ਸਿੱਧੇ ਰਿਐਕਸ਼ਨ ਜਾਂਦੇ ਆ ਆਪਣੇ, ਕੋਈ ਇੱਦਾਂ ਦੀ ਗੱਲ ਨਹੀਂ ਗੀ, ਠੀਕ ਹੈ, ਪਰ ਮਜ਼ੇਦਾਰ ਬੰਦਾ ਯਾਰ, ਇਹ ਬਹੁਤ ਵਧੀਆ ਗਾਣੇ ਕੱਢੇ ਆ ਇਹਨੇ ਅੱਗੇ ਵੀ। ਫੇਰੀ ਰਹਿੰਦਾ ਸਾਥੋਂ ਦੇਖ ਸਹਿਮ ਸਹਿਮ, ਉਹ ਦੇਖ ਔਖਾ ਸਾਡੀ ਗੱਲਾਂ ਨੂੰ ਹਰ ਸਹਿਣਾ, ਉਹ ਫਾਇਦਾ ਚੱਕ ਭੱਜੇ ਨਾਮ ਨਹੀਂ ਮੈਂ ਲੈਣਾ। ਲੁਕੇ ਮੇਕੇ ਓਕੇ 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 ਓਕੇ, ਫਾਇਦਾ ਚੱਕ ਭੱਜਿਆ ਕੌਣ ਵੀ ਕਿਹਦਾ ਨਾਮ ਨਹੀਂ ਲੈਣਾ। ਓਕੇ, ਇਫ ਯੂ ਨੋ ਦੈਟ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਬਿਲੋ। ਨਾ ਹੁਣ ਉਹ ਦੇਖ ਸਿਪੇ ਸ਼ੈਂਪੇਨ ਲਾਈਕ ਆ ਨੋ ਟ੍ਰਿਕ, ਟੈਂਸ਼ਨ ਨਹੀਂ ਲੈਂਦੇ ਪਰ ਕਰਦੇ ਆ ਚਿਲ, ਬ੍ਰੈਡ ਨਾ ਕੇ ਦੇਖ ਲਾ ਰੱਖਦੇ ਨਹੀਂ ਟਿਲ। It's 410, I'm under 410, me and my dog just made a fortune, this time I want it all, not a portion. It's 410, I'm under 410, it's 410, I'm under 410, me and my dog just made a fortune, this time I want it all, not a portion. It's 410, I'm under 410, 410 beat down, holy holy gaddi jaave, chobar palaje vich gede gaddi jaave, ring 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 utto phone bajji jaave, phone te Toronto ik natti saddi jaave, lal lal akhan wala kehda hoi janda, jive jive amparat leya hoi janda, chobar di kalli kalli phurkdi naal, lokan paadi hun ta savera hoi janda, diggi ch drakku ate kaun vich killa, brampton bigde hoi jatta da ya killa. Okay 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 okay, ਬਰੈਂਪਟਨ, ਬਰੈਂਪਟਨ ਦੀ ਸਿੱਧੂ ਬਾਈ ਨੇ ਹਮੇਸ਼ਾ ਗੱਲਾਂ ਕੀਤੀਆਂ, ਬਹੁਤ ਵਾਰੀ ਬਰੈਂਪਟਨ ਦੀ ਗੱਲ ਕੀਤੀ ਹੈ, ਕਿੰਨੇ ਗਾਣਿਆਂ 'ਚ। ਅੱਗੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਕਹਿ ਰਹੇ ਸੀਗੇ ਕਿ ਬਾਈ ਦੇ ਘੱਟੋ ਘੱਟ ਪਿਛਲੇ 5-6 ਗਾਣਿਆਂ ਦੀ ਝਲਕ ਤੁਹਾਨੂੰ ਇਸ ਗਾਣੇ 'ਚ ਦੇਖਣ ਨੂੰ ਮਿਲ ਜਾਣੀ ਹੈ, ਜਿਵੇਂ ਆ ਬਾਈ ਨੇ ਗੇੜੀ ਵਾਲੀ ਗੱਲ ਕੀਤੀ, ਗੇੜੀ ਰੂਟ ਵਾਲੀ, ਹੈ ਨਾ, ਜਾਂ ਬਰੈਂਪਟਨ ਦੀ ਗੱਲ ਕੀਤੀ, ਜਾਂ ਹੋਰ ਵੀ ਅੱਗੇ ਅੱਗੇ ਆਉਂਦੀਆਂ ਤੁਹਾਨੂੰ ਮੈਂ ਦੱਸੂੰਗਾ। ਅਤੇ ਜਿਹੜਾ ਰੈਪ ਸੀਗਾ ਸੰਨੀ ਮਾਲਟਨ ਦਾ, ਉਹਦੇ 'ਚੋਂ ਵਾਈਬ ਆ ਰਹੀ ਹੈ ਉਹ ਈਸਾ ਜੱਟ ਵਾਲੀ, ਈਸਾ ਜੱਟ ਦਾ ਜੋ ਫਲੋ ਸੀ ਨਾ, ਉਹ ਕੰਪੋਜੀਸ਼ਨ ਦਾ ਜੋ ਬੀਟ ਸੀਗੀ, ਜੋ ਲਿਰਿਕਸ ਸੀ, ਪੰਜਾਬੀ ਅਤੇ ਇੰਗਲਿਸ਼ ਰੀਮਿਕਸ ਦੋਨੋਂ, ਉਹੀ ਚੀਜ਼ ਬਾਈ ਨੇ ਉੱਥੇ ਕੀਤੀ ਹੈ। ਹਾਏ ਹੋਏ ਸਿੱਧੂ ਵੀਰੇ, ਲਵ ਯੂ ਯਾਰ। ਕਾਲੇ ਸ਼ੀਸ਼ੇ ਬੇਸ ਨਾਲ ਹੁੰਦੇ ਵਾਈਬ੍ਰੇਟ, ਕਾਲੇ ਸ਼ੀਸ਼ੇ, ਕਾਲੇ ਸ਼ੀਸ਼ੇ ਵਾਲੀ ਤੁਸੀਂ ਸੁਣੀ ਹੋਈ ਹੈ ਲਾਈਨ ਯਾਰ ਸਿੱਧੂ ਬਾਈ ਦੀ, ਹੈ ਅੱਗੇ ਦੇਖਦੇ। ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣਖੀਲਾ, ਓ ਕਿਲ ਕਿਲ ਕਿਲ, ਇਹ ਆ ਕਿਲਰਾਂ ਦਾ ਟਾਈਮ, ਰੀਅਲ ਹਸਲ ਬੇਬੀ ਐਨੀ ਫਿਲਰਾਂ ਦਾ ਟਾਈਮ,
ਮੈਕਲੋਗਨ ਹੈ, ਦੋਨੋਂ ਸਟਰੀਟ ਦਾ ਨਾਮ ਆ ਵੱਖਰਾ ਵੱਖਰਾ, ਉਹ ਉਹਨਾਂ ਨੇ ਇਕੱਠਾ ਕੀਤਾ, ਮੈਂ ਥੋੜ੍ਹੀ ਪਿੱਛੇ ਕਰਕੇ ਦੇਖਦਾ ਠੀਕ ਹੈ, ਤਾਂ ਜੋ ਪਤਾ ਲੱਗ ਜਾਏ ਗੱਲ ਕੀ ਹੈ। ਸੋਰੀ ਯਾਰ ਮੈਂ ਵਿੱਚ ਰੋਕ ਰਿਹਾ, ਲੇਕਿਨ ਮੈਥੋਂ ਸਬਰ ਨਹੀਂ ਹੁੰਦਾ, ਮੈਨੂੰ ਕਿ ਮੈਂ ਪੁਆਇੰਟ ਤੁਹਾਡੇ ਨਾਲ ਸਾਰੇ ਕਲੀਅਰ ਕਰੀ ਜਾਵਾਂ ਨਾਲ ਦੀ ਨਾਲ। ਅੱਛਾ ਇੱਕ, ਹਾਂ ਇੱਕ ਉਹ ਵੀ ਗੱਲ ਕਰ ਲੈਂਦੇ ਹਾਂ, ਬਲਕਾਰ ਅਣਖੀਲਾ ਬਾਰੇ ਗੱਲ ਕੀਤੀ ਇਹਨਾਂ ਨੇ। ਬਲਕਾਰ ਅਣਖੀਲਾ ਵੀਰੇ ਯਾਰ, ਤੁਸੀਂ ਜਿਨ੍ਹਾਂ ਨੇ ਨਹੀਂ ਸੁਣਿਆ ਨਾ, ਇੱਕ ਵਾਰੀ ਜਾ ਕੇ ਜ਼ਰੂਰ ਸੁਣਿਓ। ਦੇਖੋ ਸਿੱਧੂ ਬਾਈ ਹਮੇਸ਼ਾ ਇਹੋ ਜਿਹੇ ਆਰਟਿਸਟਾਂ ਦੀ ਸਪੋਰਟ ਕਰਦਾ ਰਿਹਾ ਜਿਨ੍ਹਾਂ ਦੇ ਵਿੱਚ ਦਮ ਹੁੰਦਾ, ਪਰ ਉਹ ਨਾ ਮਤਲਬ ਅੰਡਰ ਰੇਟਡ ਰਹੇ ਹੈ, ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਅੱਗੇ ਨਹੀਂ ਆ ਪਾਏ, ਤੇ ਬਲਕਾਰ ਅਣਖੀਲਾ ਉਹਨਾਂ ਚੋਂ ਹੀ ਹੈ ਇੱਕ। ਸਿੱਧੂ ਮੂਸੇਵਾਲਾ, ਸਨੀ ਮੌਂਟੇਨ, ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ ਮੈਂ ਵੀ ਦਿਲ ਦਾ ਨੀ ਮਾੜਾ ਆਉਣ ਦੇ ਜੱਟਾ ਯੂ ਨੋ ਆਈ ਮੀਨ ਰੈਸਟ ਇਨ ਪੀਸ ਟੂ ਦ ਮਦਰਫੱਕਿੰਗ ਗੋ ਬੇਬੀ ਚੱਕ ਕਿਆ ਬਾਤ ਹੈ ਬਈ, ਬਹੁਤ ਹੀ ਜ਼ਬਰਦਸਤ ਗਾਣਾ ਸੀਗਾ, ਬਹੁਤ ਵਧੀਆ। ਲਾਸਟ ਗਾਣਾ ਜਿਹੜਾ ਬਾਈ ਦਾ ਆਇਆ ਸੀਗਾ ਨਾ, ਉਹਦੇ ਵਿੱਚ ਯਾਰ ਉਹ ਫੀਲ ਨਹੀਂ ਆ ਰਹੀ ਸੀ। ਸੰਨੀ ਮਾਲਟਨ ਨੇ ਵੀਰੇ, ਸੰਨੀ ਮਾਲਟਨ ਲਈ ਇੱਕ ਤਾਂ ਹੈਟਸ ਆਫ, ਖੜੇ ਹੋ ਕੇ ਕਰੂੰਗਾ ਜੇ ਮੈਂ ਵਿੱਚ ਆ ਗਿਆ ਪੂਰਾ, ਹੈਟਸ ਆਫ ਵੀਰੇ, ਕਿਉਂਕਿ ਨਾ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ। ਦੇਖੋ ਡ੍ਰਿਪੀ ਸੌਂਗ ਆਇਆ ਸੀ ਲਾਸਟ ਨਾ, ਉਹਦੇ 'ਚ ਉਹ ਫੀਲ ਜੀ ਉਨੀ ਜ਼ਬਰਦਸਤ ਜੀ ਆਈ ਨਹੀਂ ਸੀਗੀ ਹੈ ਨਾ ਕਈਆਂ ਲੋਕਾਂ ਨੂੰ। ਪਰ ਹੁਣ ਓਲਡ ਸਕੂਲ ਪੂਰਾ ਸਿੱਧੂ ਮੂਸੇਵਾਲਾ ਇਜ਼ ਬੈਕ ਬੇਬੀ, ਜਿੱਦਾਂ ਦਾ ਸਿੱਧੂ ਮੂਸੇਵਾਲਾ ਹੈਗਾ ਸੀ, ਜਿੱਦਾਂ ਦੇ ਉਹ ਗਾਣੇ ਗਾਉਂਦਾ ਸੀ, ਅੱਜ ਆਪਾਂ ਨੂੰ ਉਹੀ ਵਾਈ ਵਾਈ ਹੈ, ਸਾਰੀ ਟੋਟਲੀ ਓਲਡ ਸਕੂਲ ਵਾਈ ਵਾਈ ਹੈ ਉੱਦਾਂ ਦੀ। ਜ਼ਬਰਦਸਤ ਲਿਖਿਆ ਕਿੰਨਾ ਘੈਂਟ ਆ, ਦੇਖੋ ਲਿਖੀਆਂ ਬਹੁਤ ਬਹੁਤ ਚੀਜ਼ਾਂ ਘੈਂਟ ਆ ਵਿੱਚ। ਬਲਕਾਰ ਅਣਖੀਲਾ ਜਿੱਥੇ ਇਹਨਾਂ ਨੇ ਗੱਲ ਕੀਤੀ ਹੈ ਨਾ, ਉਹਦੇ ਵਿੱਚ ਬਲਕਾਰ ਅਣਖੀਲਾ ਜੀ ਹੁਣ ਲਿਟਰਲੀ ਰੋ ਪਏ। ਉਹਨਾਂ ਨੇ ਵੀਡੀਓ ਅਪਲੋਡ ਕੀਤੀ ਹੈ ਇੱਕ, ਕਹਿੰਦੇ ਵੀ ਸਿੱਧੂ ਨੇ ਮੇਰਾ ਨਾਮ ਲਿਆ ਕੇ ਵਿੱਚ। ਮੈਂ ਸੋਚੀ ਜਾਂਦਾ ਯਾਰ, ਮੈਂ ਕਿਹਾ ਨਾਮ ਲਿਆ ਬਾਈ ਨੇ, ਕਿਸ ਗੱਲ 'ਤੇ ਨਾਮ ਲਿਆ, ਕੀ ਚੱਕਰ ਪੈ ਗਿਆ। ਪਰ ਦੇਖੋ ਉਹ ਇੱਦਾਂ ਸਪੋਰਟ ਕਰਦਾ ਹੁੰਦਾ ਸੀ ਆਰਟਿਸਟਾਂ ਦੀ। ਬਿਲਕੁਲ ਜੀ, ਅਸੀਂ ਤੁਹਾਡੇ ਸਾਹਮਣੇ ਖੜੇ ਹਾਂ, ਡਿੱਗਿਆ ਪੈਰ ਉਠਾਇਆ ਸਾਨੂੰ, ਫਿਰ ਦੁਬਾਰਾ ਮਾਰਕੀਟ ਵਿੱਚ ਖੜੇ ਕੀਤਾ, ਇਹ ਸਾਡੇ ਸਿੱਧੂ ਬਾਈ ਦੀ ਦੇਣ ਹੈ, ਸਿੱਧੂ ਮੂਸੇਵਾਲੇ ਦੀ। ਪਹਿਲਾਂ ਤਾਂ ਮੈਂ ਵੀਰੇ ਦੇ ਗਾਣੇ ਨਹੀਂ ਸੁਣਦੀ ਸੀ ਜ਼ਿਆਦਾ, ਇੰਨਾ ਪਤਾ ਸੀ ਮਤਲਬ ਬਹੁਤ ਜ਼ਿਆਦਾ ਹੀ ਫੇਮਸ ਨੇ, ਮਤਲਬ ਇਹਨਾਂ ਦੇ ਜਾਣ ਤੋਂ ਬਾਅਦ ਤਾਂ ਐਂ ਲੱਗਾ ਬਸ ਮਤਲਬ ਇਹਨਾਂ ਦੇ ਸੌਂਗ ਸਾਰੇ ਸੁਣੇ ਮੈਂ, ਫਿਰ ਇੱਕ ਵੀ ਨਹੀਂ ਛੱਡਿਆ, ਮਤਲਬ ਬਹੁਤ ਵਧੀਆ ਲੱਗਦਾ ਇਹਨਾਂ ਦੇ ਸੌਂਗ ਸੁਣ ਕੇ, ਕਿ ਆਲ ਓਵਰ ਸਭ ਕੈਂਟ ਹੈ, ਬਹੁਤ ਵਧੀਆ। ਅਤੇ ਇਸ ਤਰ੍ਹਾਂ ਨਾਲ ਦੇਖੋ ਉਹਨੂੰ ਵੀ ਨਹੀਂ ਪਤਾ ਸੀਗਾ ਕਿ ਮੇਰਾ ਨਾਮ ਲਿਆ ਹੋਣਾ ਹੈ ਨਾ, ਅਤੇ ਯਾਰ ਸਿੱਧੂ ਬਾਈ ਪਤਾ ਨਹੀਂ ਕਿੰਨਿਆਂ ਕੁ ਨੂੰ ਜਿਹੜਾ ਕੰਮ ਦੇ ਗਿਆ ਨਾ, ਕਿੰਨਾ ਰੁਜ਼ਗਾਰ ਦੇ ਗਿਆ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਗਿਆ, ਜ਼ਬਰਦਸਤ ਹੈ ਯਾਰ, ਲਵ ਯੂ ਵੀਰੇ। ਸਿੱਧੂ ਮੂਸੇਵਾਲੇ ਬਾਈ ਦੇ ਗਾਣੇ ਹਮੇਸ਼ਾ ਲੀਕ ਹੁੰਦੇ ਰਹਿੰਦੇ ਆ, ਅਤੇ ਹੁਣ ਵੀ ਇੱਕ ਘੰਟਾ ਪਹਿਲਾਂ ਜਿਹੜਾ ਇਹ ਗਾਣਾ ਲੀਕ ਹੋ ਗਿਆ, ਪਤਾ ਨਹੀਂ ਕਾਹਤੋਂ ਲੀਕ ਕਰਦੇ ਆ ਯਾਰ, ਮਤਲਬ ਉਸ ਤੋਂ ਬਾਅਦ ਵੀ ਤਾਂ ਸੁਣ ਹੀ ਲੈਣਾ ਸੀਗਾ। ਸੋ ਲਾਈਵ ਸਟ੍ਰੀਮ 'ਤੇ 1 ਲੱਖ ਦੇ ਕਰੀਬ ਜਿਹੜੇ ਵਿਊਜ਼ ਆ ਰਹੇ ਸੀਗੇ ਜਦੋਂ ਗਾਣਾ ਇਹ ਰਿਲੀਜ਼ ਹੋ ਰਿਹਾ ਸੀ, ਪ੍ਰੀਮੀਅਰ 'ਤੇ ਚੱਲ ਰਿਹਾ ਸੀਗਾ, ਪਰ ਜੇਕਰ ਸ਼ਾਇਦ ਗਾਣਾ ਲੀਕ ਹੁੰਦਾ ਨਾ ਹੁੰਦਾ ਤਾਂ ਇਹ ਨੰਬਰ ਵੀ ਵੱਧ ਸਕਦਾ ਸੀਗਾ। ਬਾਕੀ ਵਿਊਜ਼ ਤਾਂ ਫ੍ਰੀਜ਼ ਹੋ ਹੀ ਗਏ ਆ, ਬਿਲਬੋਰਡ 'ਤੇ ਵੀ ਆ ਹੀ ਜਾਣਾ ਹੈ, ਅਤੇ ਚੱਕ ਦੇਣੇ ਆ ਬੜੇ ਤੁਸੀਂ ਸਾਰਿਆਂ ਨੇ ਰਲ ਕੇ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਬਹੁਤ ਹੀ ਅਮੇਜ਼ਿੰਗ ਲਿਰਿਕਸ ਸੀਗੀ, ਬਹੁਤ ਹੀ ਅਮੇਜ਼ਿੰਗ ਮਿਊਜ਼ਿਕ ਸੀਗਾ, ਔਰ ਸਿੱਧੂ ਮੂਸੇਵਾਲੇ ਦੀ ਲਾਈਨਸ ਤਾਂ ਤੁਹਾਨੂੰ ਪਤਾ ਹੀ ਹੈ ਆਲਵੇਜ਼। ਅਤੇ ਸੰਨੀ ਮਾਲਟਨ ਵੀਰੇ, ਤੁਸੀਂ ਬਹੁਤ ਤਗੜੀ ਵਾਈਬ ਲੈ ਕੇ ਆਏ ਹੈ, ਤੋ ਜਿਹੜੀ ਚੀਜ਼ ਸਿੱਧੂ ਬਾਈ ਦੇ ਫੈਨਸ ਇੰਤਜ਼ਾਰ ਦੇ ਵਿੱਚ ਸੀ ਨਾ ਜਦੋਂ ਦੇ, ਕਿ ਕਦੋਂ ਆਊਗਾ ਗਾਣਾ, ਕਦੋਂ ਆਊਗਾ ਕੋਈ ਇੱਦਾਂ ਦਾ ਗਾਣਾ ਜਿਹਦੇ ਵਿੱਚ ਲੱਗੇ ਕਿ ਸਿੱਧੂ ਬਾਈ ਆ ਗਿਆ, ਬਹੁਤ ਜ਼ਬਰਦਸਤ ਸੀ। ਐਂਡ ਜਿਹੜਾ ਤੁਸੀਂ ਉਹ ਇੱਕ ਸਿਲਿਓ ਮਤਲਬ ਸ਼ੈਡੋ ਦਿਖਾਈ ਹੈ ਨਾ ਪਿੱਛੇ ਜੇ, ਪਰਛਾਵਾਂ ਦਿਖਾਇਆ ਸਿੱਧੂ ਬਾਈ ਦਾ, ਉਹ ਇੱਕ ਤੁਹਾਡਾ ਆਈਡੀਆ ਬਹੁਤ ਹੀ ਯੂਨੀਕ ਸੀਗਾ। ਕਈਆਂ ਦੇ ਵਿੱਚ ਆਪਾਂ ਦੇਖਿਆ 3D ਕਰੈਕਟਰ ਯੂਜ਼ ਕੀਤਾ, ਕਈਆਂ ਦੇ ਵਿੱਚ ਜਿਹੜੇ ਡੁਪਲੀਕੇਟ ਆ ਉਹਨਾਂ ਨੂੰ ਯੂਜ਼ ਕੀਤਾ, ਕਈਆਂ ਦੇ ਵਿੱਚ ਕਿਵੇਂ, ਕਈਆਂ ਦੇ ਵਿੱਚ AI ਟੈਕਨੀਕ ਦੀ ਵਰਤੋਂ ਕੀਤੀ ਹੈ। ਤੁਸੀਂ ਇੱਕ ਇਕੱਲੀ ਸ਼ੈਡੋ ਲਈ ਹੈ, ਉਹ ਇੱਕ ਸਿੱਧੂ ਬਾਈ ਦਾ ਇੱਕ ਹੈਗਾ ਜਿਹੜਾ ਬਾਈ ਦੇ ਵਰਗਾ ਹੀ ਹੈ, ਬਿਲਕੁਲ ਮੁੰਡਾ ਉਹ, ਅਤੇ ਉਹਦੀ ਸ਼ੈਡੋ ਹੀ ਮੈਨੂੰ ਲੱਗਣ ਡਈ ਹੈ, ਉਸੇ ਨੇ ਕੰਮ ਕੀਤਾ ਇਹਦੇ ਵਿੱਚ। ਪਰ 2 ਦਾ ਪੁਆਇੰਟ ਸੀ ਬਈ ਗਾਣਾ ਬਹੁਤ ਹੀ ਅਮੇਜ਼ਿੰਗ ਸੌਂਗ ਹੈ, ਔਰ ਗਾਣੇ ਦੀ ਵਾਈਬ, ਕਿਆ ਵਾਈਬ ਆ ਰਹੀ ਹੈ, ਲਿਟਰਲੀ ਵਰਡਸ ਹੀ ਨਹੀਂ ਹੈਗੇ ਉਹਦੇ ਵਾਸਤੇ ਬੋਲਣ ਵਾਸਤੇ, ਬਟ ਗਾਣਾ ਬਹੁਤ ਅਮੇਜ਼ਿੰਗ ਹੈ। ਅਗਰ ਤੁਹਾਨੂੰ ਲੋਕਾਂ ਨੂੰ ਇਹ ਗਾਣਾ ਅੱਛਾ ਲੱਗਾ, ਆਪਣੇ ਕਮੈਂਟਸ ਵਿੱਚ ਰਿਵਿਊਜ਼ ਜ਼ਰੂਰ ਸ਼ੇਅਰ ਕਰਿਓ, ਥੈਂਕ ਯੂ। ਸਿੱਧੂ ਮੂਸੇਵਾਲੇ ਕਾ ਸਨੀ ਮਾਲਟਨ ਕਾ ਨਿਊ ਸੌਂਗ ਆਇਆ 410, ਗਾਈਜ਼ ਬਹੁਤ ਬੈਸਟ ਸੌਂਗ ਲਗਾ ਮੁਝੇ, ਮਸਟ ਵਾਚ ਗਾਈਜ਼।